ਜੋਗੜਾਂ ਦੇ ਪਾਣੀ ਕਦੋਂ ਡੰਗਰ ਪਏ ਹੋਏ ਉਹਨਾਂ ਵਾਹ ਇਹ ਰੇਡੀਓ ਲਾਹੌਰ ਪਿਸ਼ੋਰ ਦੀਆਂ ਖਬਰਾਂ ਦੇਣਾ ਇਹ ਨੀ ਤਾਂ ਜੋਗੜਾਂ ਦੇ ਡੰਗਰ ਪਏ ਉਹ ਨਵਾਰੀ ਨੇ ਚਾਹੀਦਾ ਲੱਤ ਉਹ ਥੱਕ ਚਿੱਟਿਆ ਟਿਊਨ ਚੇਂਜ ਹੋਈ ਗਈ ਸਹ ਇਹ ਰੇਡੀਓ ਪਾਕਿਸਤਾਨ ਲਾਹੌਰ ਸੇ ਬੋਲ ਰਹਾ ਹੈ ਪਹਿਲਾਂ ਤਾਂ ਇਸਲਾਮਾਬਾਦ ਵੀ ਅਨੰਦ ਚੌਧਰੀ ਜੀ ਤੇ ਬਾਅਦ ਵਿੱਚ ਆਖਿਆ ਸੀ ਕਿ ਇਹ ਰੇਡੀਓ ਪਾਕਿਸਤਾਨ ਲਾਹੌਰ ਸੇ ਬੋਲ ਰਹਾ ਹੈ ਬਾਬੇ ਨੇ ਸੋਚਿਆ ਜਿਹੜੀ ਲੱਤ ਮਾਰੀ ਨਾ ਦੋਹਰਾ ਕਰਤਾ ਜੀ ਉਹਨਾਂ ਪੁੱਤਰ ਤੇ ਹੋਰ ਮਾਰੀ ਕਰਾਚੀ ਹੋ ਗਈ ਜੀ ਪੁੱਤ ਸੇ ਚੌਧਰੀ ਜੀ ਜਿਹੜਾ ਬਹੁਤ ਰਾਤ ਪਈ ਤੇ ਕਹਿ ਕੇ ਬਰਸ ਤੁਹਾਨੂੰ ਯਾਦ ਹੈ
ਉਹ ਅਜੇ ਥੱਲੇ ਤਾਂ ਗਿਆ ਕਬਰ ਵਾਕੇ ਹੀ ਬਚੇ ਨਹੀਂ ਸੀ ਆਖੰਡਾ ਸਾਹਿਬ ਕਰ ਲਈ ਸਾਡੇ ਭਾਰ ਲਿਖੇ ਹੋਣੇ ਹੀ ਮਰੀ ਗਏ ਸੀ ਦੋ ਬੋਰਡਰੀ ਬੈਠੇ ਸੀ ਚਰਸੇ ਨੂੰ ਸ਼ੇਰ ਉਸ ਅਗਰ ਮੈਂ ਭਾਵੇਂ ਅਨੁਭਾ ਹਨੂੰ ਅਨੁਭਾ
ਬੱਚਾ ਪਹਿਲੇ ਤੇ ਸਕੂਲ ਗਿਆ ਉਸ ਕਿਸੇ ਨੂੰ ਪਤਾ ਲੱਗੀ ਇਹ ਅੱਲੋ ਫਾਰੂ ਨੂੰ ਆਪਣੀ ਤਰਫ ਹੋਇਆ ਕਰਨ ਲੱਗ ਪਿਆ ਹਾਂ ਅੱਲੋ ਲੇਕਿਨ ਮੈਂ ਭਵੇਂ ਅੱਲੋ ਫਾਖਣਾ ਮੈਂ ਅੱਲੋ ਫਾਖਣਾ ਤੂੰ ਅੱਲੋ ਫਾਰ ਲੇਕਿਨ ਉਹ ਪਹਿਲੇ ਤੇ ਗਿਆ ਉਸ ਕੀ ਕੋਈ ਮਹਿਸੂਸ ਨਹੀਂ ਹੋਇਆ ਕਿ ਜਿਸ ਤਰ੍ਹਾਂ ਮਾਸਟਰ ਬਾਈ ਸਾਡੀ ਮੈਂ ਅੱਲੋ ਫਾਖਣਾ ਤੂੰ ਹੀ ਅੱਲੋ ਫਾਖਣਾ ਗੱਲ ਇੱਕ ਗੱਲ ਗੱਲ ਥੋੜੀ ਔਖੀ ਹੋਈ ਸੀ ਕਈ ਦਫ਼ਾ ਤੂੰ ਸਰਕਾਰ ਦੱਸਦੇ ਬੱਚਿਆਂ ਖੜਾ ਕੀਤਾ ਕਹਿੰਦੇ ਬੱਚੇ ਖਿਲਾਏ ਸੋ ਪੁੱਛੋ ਲਾ ਹਾਂ ਜੀ ਤੁਸਾਂ ਮੈਨੂੰ ਇਹ ਦੱਸੋ ਬਾਂਗੇ ਦਰਾਗ ਕੁਛ ਲਿਖੀ ਜਾਗ ਦੌੜਾ ਮੈਂ ਨਹੀਂ
ਬਾਂਗੇ ਦਰਾਜ ਤੋਂ ਪਤਾ ਲਾਮਾ ਕਬਾਲ ਨੇ ਲਿਖੀ ਇਹ ਕਿਤਾਬ ਹੈ। ਉਹ ਜਿਹੜਾ ਅਫਸਰ ਪੁੱਛਿਆ ਨਾ ਬਾਂਗੇ ਦਰਾਜ ਤੋਂ ਲਿਖੀ ਇੱਕ ਜਾਗਰ ਦਾਣਾ ਮੈਂ ਜੋ ਲਿਖੀ ਹੈ, ਦੂਆ ਬੋਲਿਆ ਦਾਣਾ ਮੈਂ ਨਹੀਂ ਲਿਖੀ, ਤ੍ਰਿਆ ਬੋਲਿਆ ਹੁੰਦਾ ਮੈਂ ਨਹੀਂ ਲਿਖੀ। ਉਹ ਅਫਸਰ ਹੈਰਾਨ ਹੋਈ ਗਿਆ ਵੀ ਕਿਆ ਵੱਡੇ ਬੇ ਰਹੀਆਂ ਉਸਤਾਦ ਸੰਗਰ ਰਹੀਆਂ ਨਜ਼ਰ ਤੇਰੀ ਸਿਰਫ ਖੂਨ ਸੁਣਦੇ ਸੀ ਰਹੀਆਂ ਤਾਂ ਕਿਹਾ ਨੇ ਜਿਲ੍ਹਾ ਉਸਤਾਦ ਹੈਰਾਨ ਹੋਏ ਤਾਣੇ ਬਕਵਾਸ ਕਰ ਲਏ ਲਿਖੀ ਇਹਨਾਂ ਵਿੱਚੋਂ ਹੀ ਹੈ ਕੁਛ ਹੁਣ ਮੰਨੇ ਨਹੀਂ। ਜਹਾਜ ਗੁਜ਼ਰਾ ਕੁਛ ਨਹੀਂ ਹੋਇਆ ਹੁਣ ਸਮਝ ਆਈ
ਯਾਦ ਕਰਦਾ ਕੁਛ ਕਹੀ ਵਾਲੇ ਘੰਟੀਆਂ ਕਰਦੇ ਇਹ ਸਾਡੇ ਬਰਾਦਰ ਵਿੱਚੋਂ ਜਿਹੜੀ ਯਾਸਰ ਸਾਹਿਬ ਜਿਹੜੇ ਆਏ ਸੀ ਕਮੇਈ ਚੋਣੇ ਜਾਣ ਤੱਕ ਸਰਗਰਾਂ ਨਾਲ ਹੈ ਉਹਨਾਂ ਨੇ ਫੋਨ 'ਤੇ ਕਾਲ ਹੈ ਉਹਨਾਂ ਨੇ ਸ਼ੇਰ ਫਰਮਾਇਸ਼ ਹੈ ਜਿਹੜਾ ਕਿ ਤੁਸਾਂ ਬੇਬਾਬ ਮਹਿਫਲਾਂ 'ਚੋਂ ਜੀ ਅਕਰਮ ਗੁਜਰਤ ਸਰਕਾਰ ਨੇ ਬੇਬਾਬ ਮਹਿਫਲਾਂ 'ਚ ਪੇਸ਼ ਕੀਤਾ ਹੈ ਅਸਾਂ ਇਨਸ਼ਾਅੱਲਾ ਉਸ ਵੇਲਾ ਪੇਸ਼ ਕਰ ਸਕਦੇ ਹਾਂ ਉਹਨਾਂ ਨੇ ਚਾਹਤ ਹੈ ਚੌਧਰੀ ਯਾਸਰ ਸਾਹਿਬ ਆਲਮ ਜੀ ਉਹਨੇ ਬਈ ਸਰਕਾਰ ਫਰਮਾਇਆ ਬਾਅਦ ਫਿਰ ਇੱਕ ਗੋਰਾ ਆਇਆ
ਉਹ ਬੋਲੂ ਨਿਕਤਾ ਉਸ ਆਖਿਆ ਯੂ ਆਰ ਰਿਲੈਕਸਿੰਗ ਸਰਦਾਰ ਆਖਿਆ ਨੋ ਨੋ ਆਈ ਐਮ ਰਜੀਤ ਸਿੰਘ ਬਾਅਦ ਵਿੱਚ ਫਿਰ ਕੋਈ ਗੋਰੀ ਜੀ ਲਿਆਈ ਉਸ ਆਖਿਆ ਯੂ ਆਰ ਰਿਲੈਕਸਿੰਗ ਉਸ ਆਖਿਆ ਨੋ ਨੋ ਆਈ ਐਮ ਰਜੀਤ ਸਿੰਘ ਰੋਇਆ ਤੁਹਾਨੂੰ ਕੀ ਬੰਦੇ ਸਰਦਾਰ ਥੋੜੇ ਜਿਹੇ ਅੱਗੇ ਗਏ ਨਾ ਤਾਂ ਬੁੱਢਾ ਜਿਹਾ ਗੋਰਾ ਲੈ ਕੇ ਆਉਂਦਾ ਉਹਨੇ ਕੋਲ ਨਹੀਂ ਜਾਣਾ ਯੂ ਆਰ ਰਿਲੈਕਸਿੰਗ ਆਈ 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 ਸਿਆਣੇ ਨਾ ਪਤਾ ਤੇ ਉਹ ਬੰਦਾ ਅਨਪੜ੍ਹ ਸਾ ਉਸ ਚੀਜ਼ਾਂ ਦੇ ਕੇ ਨਾ ਸਮਝ ਆਈ ਸੋਚ ਨਹੀਂ ਦੱਸਿਆ ਤੁਸੀਂ ਸਮਝ ਲਓ ਸਾਹਿਬ ਵਡਾਣੇ ਵਾਲੇ ਚਲੋ ਇੱਕ ਗੱਲ ਕੋਈ ਦੱਸੀ
ਦੱਸਾਂ ਉਸ ਨਾਲ ਇਹਦਾ ਲਈ ਜਾਂ ਹੈ ਨਾ ਕੋਈ ਉਸਕੀ ਕਿਸੇ ਆਖਿਆ ਪਾਗਲਾ ਉਸ ਮੁਲਕੇ ਜਾ ਰਿਹਾ ਜਿੱਥੇ ਸਾਰੀ ਅੰਗਰੇਜ਼ੀ ਬੋਲੀ ਜਾਂਦੀ ਹੈ ਆਪਸ ਜੀ ਸਦ ਰਹੇ ਹੋ ਅੰਗਰੇਜ਼ੀ ਬੋਲਣ ਨਾਲ ਉਸਕੀ ਕਿਸੇ ਆਖਿਆ ਤੂੰ ਥੋੜ੍ਹੀ ਬਹੁਤੀ ਅੰਗਰੇਜ਼ੀ ਸਿੱਖੀ ਕਿ ਉਸ ਮੁਲਕੇ ਕੈਸੇ ਅਗਰ ਤੂੰ ਕੰਮ ਦੇ ਸੀ ਹੁਣ ਮਾਤਰ ਚਲਾਂਗਾ ਜੇ ਤਾਂ ਮੈਂ ਡੈਡੀ ਪੈ ਪੈ ਗਿਆ ਨਾ ਉਸ ਕੋਈ ਅੰਗਰੇਜ਼ੀ ਦੇ ਛੁਪੀ ਲਫ਼ਜ਼ ਸੀ ਕਿਸੇ ਪੂਰੇ ਏ ਬੀ ਸੀ ਡੀ ਜਿੱਥੇ ਜੀ ਅੰਗਰੇਜ਼ੀ ਛੁਪੀ ਲਫ਼ਜ਼ ਸੀ ਉਸ ਪੂਰੇ ਸੀ ਜਿਹੜੇ ਉਸ ਮੁਲਕੇ ਪਹੁੰਚਿਆ ਗੱਪ ਸ਼ੱਪ ਹੋਈ ਸੋਚਾਂ ਠਹਿਰਿਆ ਗੱਪ ਸਹਿਰਿਆ ਇੱਕ ਦਿਨ ਕਿਸੇ ਪਾਕਿਸਤਾਨੀਆਂ ਨਾਲ ਮੁਲਾਕਾਤ ਹੋਈ ਉਸਕੀ ਆਖਣਾ ਜਿਹੜੇ ਤੁਸਾਂ ਕੁੱਥੇ ਨੇ ਮੈਂ ਗੁਜਰ ਖਾਨੇ ਨਾਲ ਤੁਸਾਂ ਕੁੱਥੇ ਨੇ ਮੈਂ ਮੀਰਪੁਰ ਨਾਲ ਇਸ ਤਰ੍ਹਾਂ ਗੱਪ ਸ਼ੱਪ ਲਾਈ ਆਖਣਾ ਅੱਜ ਨੇ ਤੁਸਾਂ ਖੈਰੀ ਨਾਲ ਪੜ੍ਹੇ ਕਿਤਨੇ ਹੋ ਅਖੇ ਮੈਂ ਬੀ ਏ ਕੀਤਾ ਮੈਂ ਉਹ ਜਿਹੜਾ ਉੱਥੇ ਵਾਲਾ ਸਗੋਂ ਮੈਂ ਬੀ ਏ ਕੀਤਾ ਇਸ ਅਖੇ ਉਹ ਚੱਲੇ ਨੇ ਪੁੱਤਰਾ ਦੋ ਹੀ ਲਫ਼ਜ਼ ਯਾਦ ਕੀਤੇ ਨੇ ਉਹ ਵੀ ਪੁੱਛੇ ਉਹ ਪਹਿਲੇ ਏ ਹੋਣਾ ਫਿਰ ਬੀ ਹੋਣਾ ਤੂੰ ਬੀ ਏ ਆਖਣਾ ਮੈਂ ਬੀ ਏ ਦੀ ਗੱਲ ਸੀ ਪਹਿਲੇ ਇਹ ਆਖਣਾ ਪਿਆ ਸੀ ਫਿਰ ਬੀ ਤੂੰ ਜਿਹੜੇ ਛੱਬੀ ਲਫ਼ਜ਼ ਸੀ ਦੋ ਹੀ ਲਫ਼ਜ਼ ਯਾਦ ਕੀਤੇ ਉਹ ਵੀ ਪੁੱਛੇ ਤੂੰ ਸ਼ੇਰ ਇਹਨਾਂ ਨੂੰ ਬੜਾ ਕਾਬਲੇ ਗੌਰ ਸੀ ਯਾਦ ਤਰਗਤ ਮੁਹੱਬਤਾਂ ਦਾ ਜਦੋਂ ਪਾਇਆ ਪਿਆਰ ਸੀ ਪਹਿਲੇ ਪਹਿਲੇ ਤੂੰ ਸਾਹ ਨੁਸਰਤ ਦਾ ਸਰਕਾਰ ਸੁਣਾਏ ਦਾ ਹੈ ਜੀ
ਬੰਦਾ ਜਿੱਥੇ ਗਿਆ ਹੋਇਆ ਉਸਨੇ ਬਾਰੇ ਤੇ ਕੋਈ ਦੱਸੀ ਸਕਣਾ ਗੋਰੇ ਖਾਲੀ ਇੰਗਲਿਸ਼ ਬੋਲੇ ਤੇ ਗੋਰੇ ਨਾਲ ਸਾਡਾ ਵਾਹ ਹੀ ਸੜਕਾ ਕੰਮ ਆ ਵਾਹ ਵਾਹ ਜੋਤੀ ਵਾਹ ਸਾਡੇ ਪਠਵਾਰੀ ਜਿੰਨੇ ਦੇ ਕਸ਼ਮੀਰੀ ਭਰਾ ਮੀਰਪੁਰ ਨੇ ਉਹ ਸਾਰੇ ਸਾਡੇ ਨਾਲ ਕਦੇ ਮਹਿਸੂਸ ਹੀ ਨਹੀਂ ਹੋਇਆ ਪਾਕਿਸਤਾਨ ਨੇ ਜਾਂ ਇੰਗਲੈਂਡ ਨੇ ਗਿਆ ਤਾਂ ਗੋਰਾ ਕੋ ਚਲਾਂਗਾ ਜਦ ਆਏ ਕਰਵਾ ਦੂੰਗਾ ਕਿ ਆਪ ਆਏ ਕਿ ਬਸ ਇਤਨੀ ਗੇਮ ਹੋਣੀ ਕਰਾ ਦਾਂ ਜੇ ਗੋਰੀ ਕੋਈ ਕਰਾ ਦਾਂ ਕਿ ਅਸਲ ਲੋੜ ਹੀ ਕੋਈ ਬਸ ਯਾ ਸਲਾਮਤ ਸੇ ਨਾ ਉਹਨਾਂ ਸੋਚਿਆ ਕਿ ਪੁੱਤਰੇ ਕੀ ਆਲਮ ਬਣਾਈ ਛੋੜੋ ਔਰ ਆਲਮ ਵੀ ਇਸ ਤਰ੍ਹਾਂ ਬੜਾ ਬਣਾ ਕਿ ਦੁਨੀਆ ਨੂੰ ਕੋਈ ਆਲਮ ਉਸਦੇ ਸਾਹਮਣੇ ਗੱਲ ਨਾ ਕਰ ਸਕੇ ਉਹ ਕਿ ਨਹੀਂ ਗਿਆ ਮਦਰਸੇ ਵਿੱਚ ਉਹਨਾਂ ਆਖਿਆ ਜੀ ਦਰਸਾ ਭਾਈ ਕਿਤਨਾ ਟਾਈਮ ਦੱਸੀ ਉਸਨੇ ਆਖਿਆ 6 ਸਾਲ ਸਾਹਿਬ ਨਾਨਾ ਜੀ ਬਹੁਤ ਟਾਈਮ ਉਸਨੇ ਆਖਿਆ 5 ਸਾਲ ਉਸਨੇ ਆਖਿਆ 4 ਸਾਲ ਠੀਕ ਹੈ ਤੇ ਉਸ ਨਾਲ ਕਿ ਦਰ ਜਾਂਦਾ ਕਿ ਤੁਰੀ ਪਿਆ ਰਾਹ ਚ ਜੁਲਿਆ ਜੁਲਿਆ ਨਾ ਇੱਕ ਜਣਾ ਸਿਆਣਾ ਲੱਭੀ ਗਿਆ ਸੀ ਚੌਧਰੀ ਜੀ ਸਿਆਣੇ ਬੰਦੇ ਹੋਣੇ ਵਿੱਚ ਰਾਹ ਚੁੱਲੇ ਜਿਹੜੇ ਉਸ ਆ ਜੀ ਇੱਕ ਹਫ਼ਤੇ ਚ ਕੀ ਹੈ ਜਾ ਆਲਮ ਬਨਾਸਾਂ ਚ ਦੁਨੀਆ ਨਾਲੋਂ ਇਸਦੇ ਸਾਹਮਣੇ ਗੱਲ ਹੀ ਕਰੀ ਸਕਦਾ ਉਸ ਆ ਜੀ ਠੀਕ ਹੈ ਉਹ ਜਦ ਤੱਕ ਆਪ ਕੇ ਦਾਮ ਸਾਹਿਬ ਬਾਦਸ਼ਾਹ ਸਲਾਮਤ ਸੱਤਾਂ ਦਿਹਾੜਿਆਂ ਬਾਅਦ ਜਿਹੜਾ ਦਿਹਾੜਾ ਸਨ ਦੁਨੀਆ ਨੇ ਜਿਤਨੇ ਆਲਮ ਬੁਲਾਉਣ ਵਾਲੇ ਮਾਲੀ ਬੁਲਾਈ ਗਿਆ ਉਸ ਆ ਤੁਹਾਡਾ ਨਾਮ ਉੱਥੇ ਹੀ ਮਿਲਣ ਸੀ ਠੀਕ ਹੈ ਉਹ ਨਿੱਕੇ ਨਾਲ ਗਈ ਗਿਆ ਨਿੱਕਾ ਬਿਲਕੁਲ ਅਨਪੜ੍ਹ ਸਾ ਅਲਫੈ ਕਿਲਾ ਆਪਣੇ ਨਾਮ ਉਸ ਇੱਕ ਚਿੱਠ ਲਿਖੀ ਚਾਹੀਦੀ ਨਿੱਕੇ ਵੀ ਮੈਂ ਨਹੀਂ ਮੰਨਦਾ ਉਸ ਇਹ ਤੂੰ ਪੱਕਾ ਰੰਟਾ ਲਾਈ ਜੁਲ ਹੋਰ ਤੂੰ ਕਿੱਕਾ ਕਰੀ ਅਸਲਾ ਇਹ ਰੰਟਾ ਲਾਈ ਜੁਲ ਮੈਂ ਨਹੀਂ ਮੰਨਦਾ ਜਾ ਕੁਛ ਸੱਤ ਅੜੇ ਹੀ ਰੰਟਾ ਲਾਉਣਾ ਰਹਿ ਜਲ ਮਾਲੀ ਜੀ ਕਸਲੇ ਨੂੰ ਦਿਹਾੜਾ ਆਇਆ ਤੂੰ ਉਸਤਾਦ ਆਫੜਾ ਗੱਲ ਸੁਣੋ ਤੂੰ ਕਿ ਤੂੰ ਹੋਰ ਅਸਣਾ ਹੀ ਕੱਖ ਨਹੀਂ ਜਿਹੜਾ ਵੀ ਆਲਮ ਉੱਠੀ ਤੇ ਸੀ ਤੁਹਾਡੇ ਕੋਲ ਕੁਛ ਸੀ ਤੂੰ ਸਵਾਲ ਕਰਦੀ ਜਾਂ ਮੈਂ ਕਰਾਂ ਤੂੰ ਆਖਿਆ ਜੀ ਸਵਾਲ ਤੁਸੀਂ ਕਰੋ ਸਵਾਲ ਜਿਹੜਾ ਮਰਜ਼ੀ ਪੈ ਜਾਵੇ ਜਵਾਬ ਪੱਕਾ ਹੀ ਹੈ ਰੱਖਣਾ ਮੈਂ ਨਹੀਂ ਉਹ ਮਾਲ ਵਿੱਚ ਗਿਆ ਜਿਲ੍ਹਾ ਜਾਗਰ ਕਰਦਾ ਉਧਰੋਂ ਕੋਈ ਆਲਮ ਉੱਠਿਆ ਆਇਆ ਉਸ ਪੁੱਛਿਆ ਭਾਈ ਸਵਾਲ ਤੂੰ ਕਰਦੀ ਜਾਂ ਮੈਂ ਕਰਾਂ ਇਹ ਤੁਸਾਂ ਕਰੋ ਜੀ ਉਸ ਕੋਈ ਸਲਾਮੀ ਹਵਾਲੇ ਨਾਲ ਜਿਹੜਾ ਸਵਾਲ ਸਾ ਉਹ ਕੀਤਾ ਉਹ ਚੁੱਪ ਕਰ ਰਿਹਾ ਭਾਈ ਮੰਨਾ ਹੀ ਨਹੀਂ ਤੇ ਬਹਿਸ ਇਸਦੇ ਨਾਲ ਕੈਸੇ ਕਰਨੀ ਉਹ ਚੁੱਪ ਕਰ ਵਿੱਚ ਬਹਿ ਰਿਹਾ ਦੂਆ ਆਇਆ ਉਸਦੇ ਨਾਲ ਵੀ ਇਹ ਗੱਲ ਹੋਈ ਜਵਾਬ ਦਿੱਤਾ ਸਾਹਿਬ ਮੈਂ ਨਹੀਂ ਮੰਨਦਾ ਉਹ ਆਲਮ ਜਿਹੜਾ ਅਸਲ ਬਚਾਣਾ ਇੱਕ ਮਿੰਟਾਂ ਦੇ ਅੰਦਰ ਭੈਣ ਬੈਠਾ ਹੋਈ ਮਲਕਾ ਤੇ ਬਾਦਸ਼ਾਹ ਬੜੇ ਖੁਸ਼ ਹੋਈ ਕਹਿੰਦਾ ਕਿਆ ਬਾਤ ਹੈ ਸਾਰਾ ਜਾਗੋ ਤੇ ਬਹੁਤ ਬੜਾ ਤੋਂ ਆਲਮ ਬਣੀ ਗਿਆ ਇੱਕ ਮਿੰਟ ਦੀ ਕਰਨਾ ਆਲਮ ਬੜੇ ਬੜਾ ਉਹ ਸਾਰੇ ਜਿਹੜੇ ਆਲਮ ਚੁੱਪ ਕਰੀ ਤੇ ਬਹਿ ਰਹੇ ਨਾ ਆਹਰਮ ਸਾਈਡ ਵਿੱਚ ਜਾਣਾ ਹੋਰ ਬੈਠਾ ਸਾ ਉਸ ਉਸਤਾਦ ਦੇ ਨਾਲ ਹੀ ਉਸ ਆ ਬਾਦਸ਼ਾਹ ਸਲਾਮਤ ਅਗਰ ਇਜਾਜ਼ਤ ਹੈ ਤਾਂ ਮੈਂ ਵੀ ਕੋਈ ਬੱਚੇ ਸਵਾਲ ਕਰਨਾ ਚਾਹਣਾ ਬਾਦਸ਼ਾਹ ਕਹੋ ਤੂੰ ਕਿਆ ਸਵਾਲ ਕਰਦੇ ਇਹ ਇਤਨੇ ਇਤਨੇ ਬੜੇ ਆਲਮ ਆਏ ਤੇ ਬਸ ਹੋਈ ਬਹਿ ਰਹੇ ਤੂੰ ਕਿਆ ਸਵਾਲ ਕਰਦੇ ਮਲਕਾ ਕਹਿ ਇਸ ਕੀ ਕਰ ਮੈਂ ਸਵਾਲ
ਠੰਡਾ ਕੋਈ ਅਸੀਂ ਸਵਾਲ ਕਰੀ ਜਾਏ ਸੀ ਉਹ ਕੋਲ ਗਿਆ ਉਸਾ ਕਿਹਾ ਦੋਸਤਾ ਸਵਾਲ ਤੂੰ ਕਰਦੇ ਜਾਂ ਮੈਂ ਕਰਾਂ ਤੁਸਾਂ ਕਰੋ ਜੀ ਉਸਾ ਬਾਦਸ਼ਾਹ ਤੁਹਾਡਾ ਪਿਓ ਆ ਮਲਕਾ ਤੁਹਾਡੀ ਮਾਂ ਹੀ ਉਸਾ ਮੈਂ ਨਹੀਂ ਉਸ ਲੈ ਬਾਦਸ਼ਾਹ ਪਿਆ ਹੁੰਦਾ ਗਾ ਓਏ ਮੇਰੇ ਬੜੇ ਪਿਆਰੇ ਭਾਈ ਰਾਜ ਸਿੰਘ ਸਾਹਿਬ ਕਹਿੰਦੇ ਨੇ ਸ਼ੇਰ ਭਾਰੀ ਦਾ ਉਚਾਰ
ਦੁਲਾ ਭਾਈ ਚੌਧਰੀ ਸਮੀਰ ਹੁਸੈਨ ਔਰ ਚੌਧਰੀ ਜ਼ੈਦ ਔਰ ਚੌਧਰੀ ਜ਼ਹੂਰ ਸਾਹਿਬ, ਚੌਧਰੀ ਗਫੂਰ ਸਾਹਿਬ, ਚੌਧਰੀ ਗੁਲਾਮ ਰਸੂਲ ਸਾਹਿਬ ਦੀ ਨਜ਼ਰ ਹੋ, ਚੌਧਰੀ ਬੁਰਾਦ ਸਾਹਿਬ, ਚੌਧਰੀ ਇਸਰਾਰ, ਚੌਧਰੀ ਨਸੀਰ ਸਾਹਿਬ, ਚੌਧਰੀ ਅਫੀਦ, ਚੌਧਰੀ ਕਮਰਾਨ ਆਰਫ, ਚੌਧਰੀ ਰਿਜ਼ਵਾਨ, ਚੌਧਰੀ ਅਮਾਨ, ਚੌਧਰੀ ਜ਼ਫਰ ਨਜ਼ਰ ਗੋਡਾ, ਚੌਧਰੀ ਗੁਲਜਮਾਨ ਸਾਹਿਬ, ਚੌਧਰੀ ਫੈਜ਼ਾਨ ਔਰ ਚੌਧਰੀ ਅਫਜ਼ਾਲ ਗੁਜਰ, ਚੌਧਰੀ ਖਾਨ ਸਾਹਿਬ, ਚੌਧਰੀ ਕਰੀਮ ਸਾਹਿਬ, ਆਲ ਮੁਨੀਮ ਸੁਬੇਰ, ਚੌਧਰੀ ਨਮਾਨ, ਆਲ ਮੁਨੀਮ ਸਾਊਦੀ ਅਰਬ ਔਰ ਮੇਰੇ ਸ਼ਾਗਿਰਦ ਚੌਧਰੀ ਤਨਵੀਰ ਗੁਜਰ, ਚੌਧਰੀ ਫਰਾਨ ਗੁਜਰ ਔਰ ਚੌਧਰੀ ਮਾਹੀਨ ਗੁਜਰ ਤੇ ਭਾਈ ਸਾਹਿਬ ਨਿਰਵਾਨ ਸਾਹਿਬ ਐਡਵੋਕੇਟ ਤੇ ਭਾਈ ਸਾਹਿਬ ਜੀ ਮੈਂ ਆਪਣਾ ਸਮਝਦਾ ਵੀ ਨਿਭਾਉਣ ਲੱਗ ਸਕਦਾ ਇਹ ਸਾਡੇ ਬਜ਼ੁਰਗਾਂ ਨੇ ਬਹੁਤ ਚੰਗੇ ਸੁਨੀਅਰ ਵੀ ਹੈ ਤੇ ਸ਼ੇਰ ਵੀ ਬੜੇ ਸੋਹਣੇ ਬਣੀ ਗਏ ਤੇ ਬਤੌਰੇ ਹਾਜ਼ਰੀ ਕੋਈ ਹਾਜ਼ਰੀ ਆਪਣੀ ਬਾਸ ਉੱਥੇ ਪਈ ਪਈ ਇਹ ਸ਼ੇਰ ਵੀ ਬੜੀ ਕਿੰਨੇ ਬੜੇ ਚੰਗੇ ਇੱਕ ਦੋ ਸ਼ੇਰ ਮਾੜੇ ਨਾਲ ਇਹ ਸਿਆਸਤ ਸਾਈ ਮਹਿਫੂਜ਼ ਸਰਕਾਰ ਦਾ ਸ਼ੇਰ ਸਰਕਾਰਾਂ ਨੇ ਸਾਡੇ ਭਰਾ ਦੁਗੋਟੀਆਂ ਤੋਂ ਕਿਉਂ ਪਟੋੜੀ ਨੇ ਜੜਿਆਏ ਨੇ ਨਗਰ ਸਫ਼ਰ ਨੂੰ ਜਾਣਕਾਰ ਕੋਈ
ਇਹ ਸਾਡੇ ਬ੍ਰਾਦਰ ਹੈ ਜਿਹੜੇ ਆਹ ਲੈਣ ਸੁਣੇ ਪਏ ਰਾਜਾ ਸਾਜਾ ਸਾਹਿਬ ਦੇ ਤੋਂ, ਚੌਧਰੀ ਤਰਵੀਰ ਸਾਹਿਬ ਦੇ, ਚੌਧਰੀ ਸਾਹਿਬ ਦੇ ਸ਼ਹਿਰ ਜੀ, ਚੌਧਰੀ ਤਰਵੀਰ ਗੁਜਰ ਔਰ ਚੌਧਰੀ ਨਮਾਨ ਆਲਮ ਜੀ ਨੂੰ ਸਦੀਆ ਔਰ ਚੌਧਰੀ ਤਾਰਕ ਸਾਹਿਬ ਹਿੰਦ ਸਾਹਿਬ ਜਿਹੜਾ ਹੁੰਦਾ ਰਿਹਾ ਉਸ ਨੇ ਮਾਲਕ ਉਹਨਾਂ ਨੂੰ ਸਰ ਨਜ਼ਰ ਔਰ ਨਾਲ ਖਿਆਲ ਮਗਰਾ ਦੀ ਨਜ਼ਰ ਸ਼ੇਰ ਸਾਗਰ ਸਾਹਿਬ ਨੇ ਸਰਕਾਰ ਦੇ ਫਰਮਾਨੇ ਕਹਿੰਦੀ ਮੇਰੇ
Yes.
ਉਮੀਦ ਰੱਖਾਂ ਕੋਈ ਸਾਡੇ ਨਾਲ ਵਫਾ ਕਰਦੀ ਕਿਉਂ ਕਿਸ ਦੀ ਵਫਾ ਦੀ ਉਮੀਦ ਰੱਖਾਂ ਉਹ ਦੁਨੀਆ Thank you.
Yeah.
ਖਿਲਾਫ ਰਾਜੇ ਵਿਲਾਇਤ ਦਾ ਸਾਹਿਬ ਨਾਮ ਉਹ ਪੇਸ਼ਕਸ਼ ਤੋਂ ਉਸਦੇ ਬਾਅਦ ਇੱਕ ਦੋ ਦੋ ਬੈਨ ਭੇੜੀ ਪ੍ਰੋਗਰਾਮ ਜਲਦ ਜਾਂਦਾ ਸਾਡੇ ਭਾਈ ਚੌਧਰੀ ਮੋਹਿਬ ਸੁਭਾਨੀ ਨਾਲੇ ਖਰੇ ਨਾਲ ਤਲਕ ਇਹਨਾਂ ਦੀ ਸਿੱਖਿਆ ਤੋਂ ਦੁਰਗਾ ਬੜੇ ਪਿਆਰੇ ਨਾਂ ਦੇ ਸ਼ੇਰ ਨੇ ਪੜਿਆ ਸਰਕਾਰ ਨੇ
ਫੈਸਲਾ ਫਰਮਾਇਆ ਸਾਡੇ ਭਾਈ ਚੌਧਰੀ ਕਮਰਾਨ ਗੁਜਰ ਸਾਹਿਬ ਔਰ ਰਿਜ਼ਵਾਨ ਸਾਹਿਬ ਅਮਾਨ ਸਾਹਿਬ ਜਿੰਨੇ ਫਰਾਂਡੋ ਸੇ ਕੈਦ ਰਿਜ਼ਵਾਨ ਸਾਹਿਬ ਜ਼ਫਰ ਗੁਜਰ ਸਾਹਿਬ ਸਾਰੇ ਨਜ਼ਰ ਸਰਕਾਰ ਨੇ ਆਖਿਆ ਜ਼ਿੰਦਗੀ ਚ ਮੈਂ ਖੁਸ਼ੀ ਤੇ ਚੋਟ ਖਾ ਲੈਂਦੇ ਹੈ ਨਮ ਦੀ ਗੱਲ ਇਕਬਾਲ ਅਗਰ ਮੁਝਸੇ ਕੋਈ ਨਾ ਖੁਸ਼ ਹੈ ਕਿਉਂਕਿ ਬੜੀ ਸ਼ਿਕਰਾ ਪਿਆ ਇਸ